अगली खबर दे वल वधीए ते गल करिए नैशनल पार्टियां दी। शर्मा जी कहिंदे देश दीआं नैशनल पार्टियां दी जिहड़ी जायदाद आ उह साल दे विच 1500 करोड़ तों वध वधी आ जी। ਪਰਮੀਨ ਜੀ ਆਪਾਂ ਇਸ ਪ੍ਰੋਗਰਾਮ ਚ ਕਿੰਨੀ ਵਾਰ ਗੱਲ ਕੀਤੀ ਆ ਕਿ ਕਿਹੜੀਆਂ ਪਾਰਟੀਆਂ ਦੇ ਲੀਡਰ ਕਰੋੜਪਤੀ ਨੇ, ਰਾਜ ਸਭਾ ਚ ਕਿੰਨੇ ਨੇ, ਲੋਕ ਸਭਾ ਚ ਕਿੰਨੇ ਨੇ। ਮਤਲਬ ਆਪਾਂ ਪਿਛਲੇ ਦਿਨ ਵੀ ਗੱਲ ਕਰ ਰਹੇ ਸੀ ਕਿ ਰਾਜ ਸਭਾ ਚ 225 ਰਾਜ ਸਭਾ ਦੇ ਮੈਂਬਰ ਨੇ, ਜਿਨ੍ਹਾਂ ਚੋਂ ਮਤਲਬ 27 12% ਉਹ ਨੇ ਜਿਹੜੇ 100 ਕਰੋੜ ਤੋਂ ਉੱਪਰ ਦੀ ਪ੍ਰੋਪਰਟੀ ਦੇ ਮਾਲਕ ਨੇ, ਜਾਇਦਾਦ ਦੇ ਮਾਲਕ ਨੇ। ਸਭ ਤੋਂ ਵੱਧ ਬੀਜੇਪੀ ਦੇ ਸੀਗੇ, ਮਤਲਬ ਬੀਜੇਪੀ ਦੇ 6 ਰਾਜ ਸਭਾ ਮੈਂਬਰ ਨੇ ਜੋ 100 ਕਰੋੜ ਦੀ ਉੱਪਰ ਦੀ ਪ੍ਰੋਪਰਟੀ ਆ ਉਹਨਾਂ ਦੀ। ਇਸੇ ਤਰ੍ਹਾਂ ਕਾਂਗਰਸ ਦੇ 5 ਨੇ, ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ 3 ਨੇ, ਉਹ 10 ਜੋ 3 ਨੇ, ਇਹ ਹੋਰ ਵੀ ਖਾਸ ਗੱਲ ਹੈ ਜੀ, 10 ਜੋ 3 ਇਹਨਾਂ ਦੇ 100 ਕਰੋੜ ਦੇ ਉੱਪਰ ਨੇ। ਪਰ ਇਕੱਲੇ ਵਿਅਕਤੀ ਵਿਸ਼ੇਸ਼ ਹੀ ਕਿਉਂ, ਇਹ ਪਾਰਟੀਆਂ ਵੀ ਅਰਬਾਂ ਖਰਬਾਂ ਵਾਲੀਆਂ ਨੇ ਤੇ ਇਹਨਾਂ ਦੀ ਆਮਦਨ 'ਚ ਚੌਖਾ ਵਾਧਾ ਵੀ ਹੋ ਰਿਹਾ। ਇੱਕ ਰਿਪੋਰਟ ਜਾਰੀ ਹੋਈ ਹੈ ਜੀ, ਇਹ ਬਕਾਇਦਾ ਸੰਸਥਾ ਹੈ ADR, ਠੀਕ ਹੈ, ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫੋਰਮ ਜੀ, ਉਹਦੀ ਰਿਪੋਰਟ ਹੈ। ਉਹਦੀ ਰਿਪੋਰਟ ਦੱਸਦੀ ਹੈ ਕਿ 1 ਸਾਲ ਦੇ ਅੰਦਰ ਅੰਦਰ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦੀ ਆਮਦਨ ਚ 1500 ਕਰੋੜ ਤੋਂ ਵੱਧ ਦਾ ਵਾਧਾ ਹੋਇਆ। 1531 ਕਰੋੜ ਦੀ ਜਾਇਦਾਦ 1 ਸਾਲ ਦੇ ਵਿੱਚ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦੀ ਵਧੀ ਹੈ, ਤੇ ਸਭ ਤੋਂ ਵੱਧ ਭਾਜਪਾ ਦੀ ਉਹ ਆਮਦਨ ਚ ਵਾਧਾ ਹੋਇਆ, ਠੀਕ ਹੈ, ਬਿਲਕੁਲ ਵੀ ਸਰਕਾਰ ਹੈ। ਇਹ 1 ਨੰਬਰ ਦੇ ਵਾਧੇ ਦੀ ਉਹ ਗੱਲ ਕਰ ਰਿਹਾ ਮੈਂ ਜੀ 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 2 ਨੰਬਰ ਦਾ ਵਾਧਾ ਹੋਇਆ ਹੋਵੇ ਕਿਸੇ ਪਾਰਟੀ ਦਾ ਜਾਂ ਕਿਸੇ ਪਾਰਟੀ ਦੇ ਲੀਡਰ ਦਾ, ਉਹਦੇ ਬਾਰੇ ਮੈਂ ਨੀ, ਉਹ ਲੀਡਰ ਇੱਕ ਦੂਜੇ ਬਾਰੇ ਆਪੇ ਦੱਸਦੇ ਰਹਿੰਦੇ ਆ ਸਮੇਂ ਸਮੇਂ, ਹੈ ਨਾ। ਪਰ ਜਿਹੜਾ ਇਹ ਰਿਕਾਰਡ ਦੇ ਵਿੱਚ ਬੋਲਦਾ, ADR ਦੀ ਰਿਪੋਰਟ ਚ ਜੋ ਬੋਲਦਾ, ਉਹਦੇ ਹਵਾਲੇ ਨਾਲ ਭਾਜਪਾ ਦੀ ਜਾਇਦਾਦ ਦੇ ਵਿੱਚ 1 ਸਾਲ ਦੇ ਵਿੱਚ 21% ਵਾਧਾ ਹੋਇਆ, ਠੀਕ ਹੈ। ਇੰਨੀ ਕਮਾਈ, ਇੰਨੀ ਤਨਖਾਹ ਕਿਸੇ ਅਦਾਰੇ ਚ ਮੈਨੂੰ ਦੱਸ ਦੋ ਵਾਧੀ ਹੋਵੇ। ਤੇ ਕਾਂਗਰਸ ਵੀ ਘੱਟ ਨੀ, 16% ਵਾਧਾ ਹੋ ਗਿਆ ਕਾਂਗਰਸ ਦੇ 1 ਸਾਲ ਦੇ ਵਿੱਚ। ਜੇ ਇਹ ਵੀ ਵਾਧਾ ਕਿਸੇ ਦਫ਼ਤਰ ਅਦਾਰੇ ਚ ਹੁੰਦਾ ਹੋਵੇ ਤਾਂ ਮੈਨੂੰ ਦੱਸ ਦੋ, ਤੇ ਫਿਰ ਤਾਂ ਇਹ ਕੰਮ ਸਭ ਤੋਂ ਵਧੀਆ ਇਹਨਾਂ ਦਾ। ਹਾਂਜੀ ਜੀ, ਇਸ ਮੌਕੇ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦਾ ਵੇਰਵਾ ਜਾਰੀ ਹੋਇਆ। ਵੈਸੇ ਆਮ ਆਦਮੀ ਪਾਰਟੀ ਨੂੰ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ, ਪਰ ਤੁਲਨਾਤਮਕ ਪਿਛਲੇ ਸਾਲ ਦੇ ਔਰ ਇਸ ਸਾਲ ਦੇ ਉਹਨਾਂ ਦੇ ਮੁਕਾਬਲੇ ਅਜੇ ਰਾਸ਼ੀਆਂ ਉਹਨਾਂ ਦੀ ਜਾਰੀ ਨਹੀਂ ਹੋਈਆਂ, ਠੀਕ ਹੈ ਜੀ। ਜੇਕਰ ਮੈਂ ਇਸ ਹਵਾਲੇ ਨਾਲ ਦੇਖਾਂ ਤਾਂ 2020-2021 ਦੇ ਵਿੱਚ ਇਹਨਾਂ 8 ਪਾਰਟੀਆਂ ਕੋਲ 7,297.62 ਕਰੋੜ ਸੀ, 7,297 ਕਰੋੜ, ਜਿਹੜਾ 2021-22 ਦੇ ਵਿੱਚ ਵੱਧ ਕੇ 8,829.16 ਕਰੋੜ ਹੋ ਗਿਆ, ਮਤਲਬ 1531 ਕਰੋੜ ਦਾ ਵਾਧਾ ਹੋ ਗਿਆ, ਤੇ ਜਿਹਦੇ ਵਿੱਚ 21% ਵਾਧਾ ਭਾਜਪਾ ਕੋਲ ਹੋਇਆ। ਭਾਜਪਾ ਦਾ ਪਿਛਲੇ ਸਾਲ 4900 ਕਰੋੜ ਸੀ ਜੀ ਜਾਇਦਾਦ ਕੁੱਲ, ਤੇ ਇਸ ਸਾਲ ਵੱਧ ਕੇ 6,046 ਕਰੋੜ ਹੋ ਗਿਆ, ਠੀਕ ਹੈ, 1056 ਕਰੋੜ ਦਾ ਵਾਧਾ ਸਿੱਧਾ, 1531 ਕਰੋੜ ਹੈ ਜਿਹਦੇ ਵਿੱਚੋਂ 1000 ਕਰੋੜ ਵਾਧਾ ਇਹਦਾ ਹੀ ਹੈ, ਠੀਕ ਹੈ, ਭਾਜਪਾ ਦਾ। ਦੂਏ ਨੰਬਰ ਤੇ ਕਾਂਗਰਸ ਆਉਂਦੀ ਹੈ ਜੀ, ਕਾਂਗਰਸ ਕੋਲ ਪਿਛਲੇ ਸਾਲ 2020-21 ਦੇ ਵਿੱਚ 691 ਕਰੋੜ ਦੀ ਜਾਇਦਾਦ ਸੀ, ਜਿਹੜੀ ਇਸ ਸਾਲ ਵੱਧ ਕੇ 805 ਕਰੋੜ ਹੋ ਗਈ, 114 ਕਰੋੜ ਦਾ ਵਾਧਾ, ਠੀਕ ਹੈ ਜੀ। ਉਹ ਤੋਂ ਬਾਅਦ ਬਸਪਾ ਆਉਂਦੀ ਹੈ ਜੀ, 732 ਕਰੋੜ ਸੀ ਪਿਛਲੇ ਸਾਲ, ਇਸ ਸਾਲ ਘੱਟ ਕੇ 690 ਕਰੋੜ ਹੋ ਗਈ, ਘੱਟ ਗਈ ਆਮਦਨ। ਇਹਦਾ ਮਤਲਬ ਕਾਂਗਰਸ ਤੇ ਬੀਜੇਪੀ ਕੰਨੀ ਵੱਧ ਗਿਆ ਕੰਮ। ਬਸਪਾ ਦੀ ਪਿਛਲੇ ਸਾਲ 732 ਕਰੋੜ, ਇਸ ਸਾਲ 690 ਕਰੋੜ, 42 ਕਰੋੜ ਘੱਟ ਗਈ ਇਹਨਾਂ ਦੀ। ਉਹਦੇ ਬਾਵਜੂਦ ਵੀ ਓਵਰਆਲ 1531 ਕਰੋੜ ਵਧੀਆ, ਇਹ ਦੇਖੋ ਕਿ ਇੱਕ ਦੀ ਘਟਣ ਦੇ ਬਾਵਜੂਦ ਵੀ, ਹੈ ਨਾ। ਹਾਂਜੀ ਹਾਂਜੀ। ਫਿਰ CPIM 654 ਕਰੋੜ ਸੀ, 7,35 ਕਰੋੜ ਹੋ ਗਈ, 81 ਕਰੋੜ ਵਧੀਆ ਜੀ। ਇਸੇ ਤਰ੍ਹਾਂ TMC ਦੀ 276 ਕਰੋੜ ਵਧੀਆ, ਹੈ ਇਸੇ ਤਰ੍ਹਾਂ NCP ਦੀ 43 ਕਰੋੜ ਵਧੀਆ, ਇਸੇ ਤਰ੍ਹਾਂ CPI ਦੀ 1.7 ਕਰੋੜ ਵਧੀਆ, NPP ਦੀ ਨੈਸ਼ਨਲ ਕਿਹੜੀ ਪਾਰਟੀ ਉਹਨਾਂ ਦੀ NPP, ਹੈ ਨਾ, 0.8 ਕਰੋੜ ਵਧੀਆ। ਹਾਂਜੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਅਜੇ ਅੰਕੜੇ ਨਹੀਂ ਹੈਗੇ ਜੀ। 1 ਸਾਲ ਚ 5 ਪਾਰਟੀਆਂ ਨੇ ਜਿਨ੍ਹਾਂ ਨੇ ਆਪਣਾ ਕਰਜ਼ਾ ਵੀ ਘਟਾ ਲਿਆ ਜੀ, ਇਹਨਾਂ ਦੇ ਕਰਜ਼ੇ ਵੀ ਹੈ, ਠੀਕ ਹੈ। ਸਭ ਤੋਂ ਵੱਧ ਕਰਜ਼ਾ ਕਹਿੰਦੇ ਕਾਂਗਰਸ ਤੇ ਹੈ ਜੀ, 71 ਕਰੋੜ ਦਾ ਕਰਜ਼ਾ, ਜਿਹੜਾ ਹੁਣ ਘੱਟ ਕੇ 42 ਕਰੋੜ ਹੋ ਗਿਆ, ਕੁਛ ਕਰਜ਼ਾ ਘਟਾ ਲਾ ਲਿਆ ਮਤਲਬ ਇਹਦਾ ਮਤਲਬ ਜੀ। ਇਸੇ ਤਰ੍ਹਾਂ ਭਾਜਪਾ ਤੇ 16 ਕਰੋੜ ਦਾ ਕਰਜ਼ਾ ਸੀ 2020-21 ਦੇ ਵਿੱਚ, ਤੇ ਹੁਣ ਘੱਟ ਕੇ 5 ਕਰੋੜ ਦਾ ਰਹਿ ਗਿਆ ਜੀ, 16 ਕਰੋੜ ਤੋਂ ਘੱਟ ਕੇ 5 ਕਰੋੜ ਦਾ ਰਹਿ ਗਿਆ, ਇਹਨਾਂ ਨੇ ਕਰਜ਼ਾ ਵੀ ਲਾ ਲਿਆ ਭਾਈ, ਕਮਾਈ ਹੈ ਜਦੋਂ ਫਿਰ ਕਮਾਈ ਹੈ ਬਿਲਕੁਲ। ਇਸੇ ਤਰ੍ਹਾਂ CPIM ਦਾ ਵੀ ਕਰਜ਼ਾ 16 ਕਰੋੜ ਸੀ, ਪਰ ਉਹਦਾ 12 ਕਰੋੜ ਖੜਾ ਜੀ ਹਲੇ ਵੀ,
ਠੀਕ ਹੈ ਹੈ ਨਾ। ਇਸੇ ਤਰ੍ਹਾਂ TMC 3.8 crore ਸੀ ਤੇ ਹੁਣ 2.5 crore ਰਹਿ ਗਿਆ। ਇਸੇ ਤਰ੍ਹਾਂ NCP ਦਾ 0.73 crore ਸੀ ਹੁਣ 0.72 crore ਰਹਿ ਗਿਆ। ਸੋ ਆਹ ਸਾਰੀ ਸਥਿਤੀ ਹੈ ਜੀ ਜਿਹੜੇ ਕਹਿੰਦੇ ਆ ਕਿ ਸਾਰੀਆਂ ਪਾਰਟੀਆਂ ADR ਦੀ ਰਿਪੋਰਟ ਕਹਿੰਦੀ ਹੈ ਕਿ ਇਹ ਸਾਰੀਆਂ ਪਾਰਟੀਆਂ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ ਪੈਸਾ ਲੈਣ ਚ ਖਰਚਣ ਚ ਦਿਖਾਉਣ ਚ। ਤੇ ਇਸ ਲਈ ਇਹਦਾ ਮਤਲਬ ਕਿੰਨੇ ਗੋਲਮਾਲ ਹੋਣੇ ਅੰਕੜੇ ਵੀ, ਪਰ ਉਹ ਗੋਲਮਾਲ ਅੰਕੜਿਆਂ ਚ ਵੀ ਕਿੰਨਾ ਚੋਖਾ ਵਾਧਾ ਦਿਖਦਾ, 21% ਸਲਾਨਾ ਆਮਦਨ ਵਧਦੀ, 16% ਸਲਾਨਾ ਆਮਦਨ ਵਧਦੀ, ਸੱਤਾਧਾਰੀ ਧਿਰ ਦੀ 21 ਵੱਧ ਰਹੀ ਹੈ ਤੇ ਜਿਹੜੀ ਸੱਤਾ ਦੇ ਨੇੜੇ ਵੀ ਨੀ ਉਹਦੀ 16% ਵੱਧ ਰਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਮੋਟੀ ਕਮਾਈ ਦੇ। ਇੰਸਟੀਟਿਊਟ ਆਫ ਚਾਰਟਰਡ ਅਕਾਊਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਦਾ ਕਹਿੰਦੇ ਜੀ ਇਹ ਪਾਲਣ ਨਹੀਂ ਕਰਦੀਆਂ ਸਾਰੀਆਂ ਪਾਰਟੀਆਂ, ਹੈ ਮਤਲਬ ਕਿ ਲੋਨ ਕਿੱਥੋਂ ਲੈਂਦੇ ਨੇ, ਕਿਹੜੀ ਏਜੰਸੀ ਤੋਂ ਲੈਂਦੇ ਨੇ, ਕਿਹੜੇ ਬੈਂਕ ਤੋਂ ਲੈਂਦੇ ਨੇ, ਫੰਡ ਕਿੱਥੋਂ ਲੈਂਦੇ ਨੇ, ਕਿਹੜੇ ਬੌਂਡ ਰਾਹੀਂ ਲੈਂਦੇ ਨੇ, ਕੋਈ ਜਾਣਕਾਰੀ ਹੁਣ ਜਨਤਕ ਨਹੀਂ ਜੀ। ਬਿਲਕੁਲ ਬਿਲਕੁਲ, ਇਹ ਵੱਡਾ ਖੇਡ ਹੈ। ਸੋ ਪੌ ਮਾਰਾਂ ਜੀ ਇਹਨਾਂ ਨੈਸ਼ਨਲ ਪਾਰਟੀਆਂ ਦੀਆਂ। ਜੀ ਜੀ, ਤੇ ਰੌਲਾ ਇਹ ਨਾ ਸ਼ਰਮਾ ਜੀ, ਇਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਵੀ ਹੈ ਨਹੀਂ, ਜਿਨ੍ਹਾਂ ਨੇ ਪੁੱਛਣਾ ਉਹ ਅਸਲ ਦੇ ਵਿੱਚ ਉਹ ਇਹਨਾਂ ਦੇ ਮਤਹਿਤ ਹੀ ਨੇ ਇੱਕ ਹਿਸਾਬ ਨਾਲ, ਕਿਉਂਕਿ ਸੰਸਦ ਦੇ ਵਿੱਚ ਹੀ ਦੇਸ਼ ਦੀ ਸੰਸਦ ਦੇ ਵਿੱਚ ਕਾਨੂੰਨ ਪਾਸ ਹੋਣਾ ਤੇ ਇਹਨਾਂ ਨੇ ਕਰਨਾ, ਇਹ ਆਪਣੇ ਵਿਰੁੱਧ ਚ ਕਾਨੂੰਨ ਥੋੜੋ ਪਾਸ ਕਰਨੇ, ਕਦੇ ਚੋਰ ਨੇ ਵੀ ਆਪਣੇ ਆਪ ਨੂੰ ਸਜ਼ਾ ਦਿੱਤੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਇੱਕ ਅਜਿਹੇ ਮਾਮਲੇ ਦੀ,